ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲ੍ਲਾਹਿ ਵਬਰਕਾਤੁਹ। ਕੀ ਹਾਲ ਹੈ ਜਨਾਬ ਸ਼ਹਿਜ਼ਾਦਿਆਂ ਵੀਰਾਂ ਦਾ? ਉਮੀਦ ਮਾਸ਼ਾਅੱਲਾ ਸਾਰੇ ਤੁਸੀਂ ਖੁਸ਼ ਰਾਜ਼ੀ ਹੋ ਦੇ। ਦੁਆ ਕਿ ਅੱਲਾ ਪਾਕ ਦੇਣ ਤੁਹਾਨੂੰ ਸਿਹਤ ਤੰਦਰੁਸਤੀ, ਆਪਸ 'ਚ ਡੇਰੋ ਉਲਫਤ ਅਤੇ ਦਿਲ ਇਸਲਾਮ ਦੀਆਂ ਸੱਚੀਆਂ ਮੁਹੱਬਤਾਂ ਅਤੇ ਕਬਰ ਅਸ਼ਰ ਦੀ ਫਿਕਰ ਕਰਨੇ। ਅੱਜ ਦਾ ਵਲੋਗ ਸਟਾਰਟ। ਵਾਹਵਾ ਦੋ ਚਾਰ ਡੰਗ ਹੋ ਗਏ ਕੋਈ ਯਾਰ, ਤੁਹਾਡੇ ਨਾਲ ਮੁਲਾਕਾਤ ਹੋਈ ਕਿਉਂਕਿ ਬੁਖਾਰ ਸ਼ਖਾਰ ਹੋਇਆ, ਤਬੀਅਤ ਜਿਹੜੀ ਨਾ ਸਾਹ ਦੀ ਥੋੜ੍ਹੀ। ਅੱਲਾ ਪਾਕ ਕੋਲ ਦੁਆ ਕਿ ਅੱਲਾ ਪਾਕ ਸਾਰੇ ਜਿਤਨੇ ਬਿਮਾਰ ਹੋਏ ਉਹਨਾਂ ਸਿਹਤ ਤੰਦਰੁਸਤੀ ਦੇ ਨਾਲ ਨਵਾਂ ਦੇ ਨਾਲ। ਅਤੇ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਨੇ ਇੱਧਰ ਵੀ ਜਨਾਬ, ਪਾਣੀ ਹਰ ਚੀਜ਼ ਹੋ ਗਈ ਹੈ। ਅਤੇ ਮਾਸ਼ਾਅੱਲਾ ਸ਼ਰਟ ਦਾ ਜਿਹੜਾ ਨਾ ਅੱਜ ਹੈ ਸੀਨ ਜਿਹੜਾ ਨਾ ਪਿੱਛੇ ਤੋਂ ਨਜ਼ਰ ਆ ਰਿਹਾ, ਖੱਪੜ ਹੈ ਇਹ ਸਾਰਾ। ਐਡਾ ਲਾਇਆ ਨਾ ਥੱਲੇ ਪਰਨਾ ਲੈਣਾ, ਉੱਤੇ ਲੈ ਕੇ ਜਾ ਰਹੇ, ਚੱਲਦਾ ਰਿਹਾ ਅਵੇਲੇਬਲ। ਇੱਕ ਸਟੈਪ ਲੱਗ ਗਿਆ ਨਾ ਜਿਹੜਾ ਬੰਨਿਆ ਤਕੋਣ ਜੀ, ਫਿਰ ਅੱਗੇ ਚੱਲਦੇ ਜਾਣ ਦੇ ਇਨਸ਼ਾਅੱਲਾ ਇਹ ਸਾਰਾ ਤੋੜ ਐਂਡ ਤੱਕ ਜਾਣਾ। ਪਿੱਛੇ ਬਦਲੀਆਂ ਦਾ ਵੀ ਸੋਹਣਾ ਮੰਦਰ ਵੇਖੋ ਮਾਸ਼ਾਅੱਲਾ, ਬੜਾ ਸੋਹਣਾ ਬੱਦਲ ਉੱਠਿਆ ਮਗਰ ਅੱਲਾ ਕਰੋ ਬਾਰਿਸ਼ ਨਾ ਆ ਜਾਵੇ। ਹਲਕੀ ਹਲਕੀ ਜਿਹੜਾ ਨਾ ਉਹ ਇਹ ਝਾੜੀ ਬੱਦਲ ਦੀ ਬਣੀ ਇਹ ਸਾਈਡ ਦੇ ਜਨਾਬ ਦਾ ਦਰਵਾਜ਼ਾ ਆਪਣਾ ਜਿਹੜਾ ਨਾ ਬਣਾ ਰਹੇ ਨੇ ਸਾਈਡ ਦੇ, ਆ ਪਰਲੀ ਸਾਈਡ ਤਕਰੀਬਨ ਹੋ ਗਈ ਮੁਕੰਮਲ। ਅਤੇ ਇਹ ਸ਼ਾਇਡ ਜਿਹੜੀ ਹੋ ਗਏ ਨਾ ਸ਼ਾਇਡ ਦੀ ਸਾਈਡ ਆ ਸ਼ੁਰੂ ਕਰਨੀ, ਉਹਦੇ ਮੈਂ ਕਰੇ ਲਾ ਚੀਜ਼ ਓਕੇ ਹੋ ਗਿਆ। ਬਾਕੀ ਇਹ ਸਾਈਡ ਜਿਹੜੀ ਹੋਣ ਲੱਗੀਆਂ ਨੇ ਇਹ ਵੀ ਇਨਸ਼ਾਅੱਲਾ ਫਿਰ ਅੱਲਾ ਕਰੇ ਦਾ ਮੁਕੰਮਲ ਹੋ ਜਾਂਦੀ ਹੈ। ਅਤੇ ਆਲੀ ਅੱਖਾਂ ਵੀ ਰੱਬੀਆਂ ਹੋ ਗਈਆਂ, ਕੱਚੀ ਅੱਖਾਂ ਵਿੱਚ ਬੈਲ ਕਰਦਾ ਰਿਹਾ ਐਨਕ ਰੱਖੀ ਸੀ, ਅਤੇ ਦੋ ਐਨਕ ਹੋਣ ਤਾਂ ਤਾਂ ਕੰਮ 'ਚ ਰਹਿਣਾ ਦੀ ਅੱਖਾਂ ਵੱਲ ਫੁੱਲ ਰੱਤੀਆਂ ਸ਼ਰਾਬੀ ਅੱਖੀਆਂ। ਓਏ ਕਿਆ ਬਾਤ ਹੈ, ਅਮਜੀਤ ਸਾਹਿਬ ਬੈਠੇ ਜੇ ਸੁਖਣਾ ਖੁਰਲੀ ਵਿੱਚ, ਜਨਤਾ ਬੈਠੀ ਆ ਅੱਗ ਗਰੈਂਡਰ ਮੈਂਡਰ ਮਾਰ ਰਹੇ ਨੇ ਫਿਰ ਅੱਲਾ ਖਾਰ ਕਰੇ। ਇਹ ਜਿਹੜਾ ਵੈਲਡਿੰਗ ਤੁਹਾਨੂੰ ਪਤਾ ਦੋਸਤ ਬੜੀ ਖਤਰਨਾਕ ਹੁੰਦੀ, ਅੱਖਾਂ ਦੀ ਤਬਾਹ ਘੱਟ ਦਿੰਦੀ ਹੈ ਜਿਹੜਾ ਨਾ, ਉਹ ਬਹੁਤ ਦਰਦ ਬਹੁਤ ਜ਼ਿਆਦਾ ਹੁੰਦੀ ਹੈ। ਇਹ ਅੱਖਾਂ ਪਾਕ ਜਾਣ ਫਿਰ ਕੰਮ ਚੱਲ ਜਾਂਦਾ, ਇਹ ਲੱਗਾ ਰਹੇ ਜੀ ਅੱਖਾਂ ਕਸੀਆਂ ਨੇ, ਕੰਮ ਬੜਾ ਲੰਮਾ ਹੋ ਗਿਆ। ਬਾਕੀ ਮਾਸ਼ਾਅੱਲਾ ਜਿਹੜਾ ਨਾ ਖੁਰਲੀ ਆਏ ਸਵੇਰੇ ਵੀ ਲੱਗੇ ਨੇ ਦੋ ਜਣੇ ਧੋਣ, ਸਾਰੀ ਟੋਟਲ ਸਫਾਈ ਦੀ ਕਰਨੀ ਹੈ। ਤਾਂ ਜਿਹੜਾ ਮਿੱਟੀ ਘੱਟਾ ਬਹੁਤ ਜ਼ਿਆਦਾ ਵਧੀਆ ਹੈ, ਲੱਗ ਰਹੇ ਤੇ ਬਾਹਰ ਗਾਵਾਂ ਨਿੰਦਰ ਨਾ ਜਾਏ। ਅਤੇ ਬਾਕੀ ਜਿਹੜੀ ਜਿਹੜੀ ਦਰਜ ਮਰਜ਼ ਹੈ ਜਿਵੇਂ ਕਿਹਾ, ਜ਼ਿਆਦਾ ਦਰਜ਼ ਦੀ ਬੜੀ ਹੈ ਜੋੜ ਵਿੱਚ ਹੈ ਜਿਹੜੀ ਥੱਲੇ, ਇਹ ਇਨਸ਼ਾਅੱਲਾ ਫਿਲ ਕਰਾਉਣੀ ਹੈ ਪਾਕ ਮਾਲ ਦਾ। ਬਾਕੀ ਤਕਰੀਬਨ ਠੀਕ ਹੀ ਹੈ, ਜਿੱਥੇ ਕੋਈ ਥੋੜ੍ਹਾ ਬੜਾ ਸਿਸਟਮ ਹੋਇਆ। ਕੱਲ੍ਹ ਅਗਰ ਗਾਵਾਂ ਦੇ ਆਉਣੀਆਂ ਯਾਰ, ਕੋਈ ਚੁਆਈ ਦਾ ਸਿਸਟਮ ਕੋਈ ਨਹੀਂ, ਤਾਂ ਗਾਂ ਫਿੱਟ ਆਈ ਉਹ ਦੁਆਂ ਜਾ ਸਕੇ ਗੋਬਰ ਨਵੇਂ ਰਾਹ ਰਿਹਾ ਹਲਕਾ ਹਲਕਾ। ਫਿਰ ਰਾਤੀ 11:30 ਵਜੇ ਤੱਕ ਘੁਲਦੇ ਰਹੇ, ਮਸਾਂ ਚੋਈਆਂ ਨੇ ਫਿਰ ਅੱਗੇ ਉੱਦੇ ਲੈ ਗਿਆ। ਹੁਣ ਕੋਈ ਪੈਪ ਬੰਗਾ ਜਾਰਜੀ ਤੌਰ 'ਤੇ ਵਿੱਚ ਅੱਜ ਮੈਕਰੇਲ ਨਾਲ ਵੈਲਡ ਕਰਾ ਕੇ ਪਿੱਛੇ ਥੱਲੇ ਰਾਬਲ ਬੋਰਡ ਲਾ ਕੇ ਨਾ ਪੰਜ ਛੇ ਖਾਵਾਂ ਦਾ ਗਾਵਾਂ ਦਾ ਸਿਸਟਮ ਬਣਾਉਂਦੇ ਆਪਦੇ ਤੌਰ 'ਤੇ। ਫਿਰ ਬਾਅਦ 'ਚ ਜੇ ਅੱਲਾ ਪਾਕ ਮੱਦੇ ਨੇ ਫਿਰ ਪਾਰਲਰ ਬਣਾ ਲਾਉਂਦੇ, ਪਰ ਨਾਲ ਕੋਈ ਤਜਰਬਾ ਐਕਸਪੀਰੀਅੰਸ ਹੋ ਜਾਂਦਾ ਕਿਵੇਂ ਦੁੱਧ ਸੇਲ ਕਰਨਾ ਕੀ ਹੋਣਾ। ਇੱਥੇ ਪਾਕਿਸਤਾਨ ਦੇ ਤੁਹਾਨੂੰ ਪਤਾ ਮੁਲਕੀ ਹਾਲਾਤ ਵੀ ਜਿਹੜਾ ਨਾ ਬੜੇ ਅਜੀਬ ਜਿਹੇ ਚੱਲਦੇ ਨੇ, ਅਤੇ ਬੜਾ ਅੱਲਾ ਤਾਲਾ ਦਾ ਫਜ਼ਲ ਅਤੇ ਕਰਮ ਹੋ ਗਿਆ। ਡੇਰੀ ਆ ਵੀ ਕੰਮ ਹੈ ਬੜਾ, ਅੱਲਾ ਦੇ ਫਜ਼ਲ ਨਾਲ ਹੀ ਹੋਣ ਵਾਲਾ, ਬੜਾ ਸਿਸਟਮ ਤੁਹਾਨੂੰ ਪਤਾ ਐਂ ਜੀ। ਇਹ ਦੂਰੀ ਪਹਾੜ ਸੋਹਣੇ ਲੱਗਦੇ ਨੇ, ਵਿਸ਼ ਬੜਾ ਮੈਨੂੰ ਸਮਝ ਆਉਂਦੀ ਹੋਈ, ਸਟੈਪ ਬਾਈ ਸਟੈਪ ਹੌਸਲਾ ਆਵੇ ਬੰਦੇ ਕੋਲ। ਅੱਲਾ ਪਾਕ ਪੈਸੇ ਵੀ ਦਿੱਤੇ ਹੋਣ ਤਾਂ ਕੰਮ ਚੱਲਦਾ, ਦਮ ਜੀ ਜਿਹਦਾ ਜਿਗਰਾ ਹੋਵੇ ਤਾਂ ਡੇਰੀ ਫਾਰਮ ਚੱਲਦਾ, ਇਹ ਨਿੱਕੇ ਮੋਟੇ ਕੰਮ ਕੋ ਨਹੀਂ, ਇਹ ਬਸ ਅੱਲਾ ਪਾਕ ਸੇਵ ਕਰਨ ਕੰਮ ਦਾ ਹੁੰਦਾ। ਬਾਕੀ ਸਫਾਈ ਸਫਾਈ ਕਰ ਰਹੇ ਨੇ ਅਲਹਮਦੁਲਿਲਾ, ਇਨਸ਼ਾਅੱਲਾ ਅੱਲਾ ਪਾਕ ਮਦਦ ਕਰਨੀ ਹੈ। ਫਿਰ ਅੱਜ ਸ਼ਾਇਦ ਬਾਂਝਾਂ ਨੇ ਸਾਡੇ ਜਿਹੜੇ ਪੰਜਾਲੇ ਛਿਆਲੇ ਨੇ ਕੁਛ ਕਰਕੇ ਜੁਗਾੜ ਟੈਪ ਵੀ ਹੋਵੇ ਤਾਂ ਖੂਬਸੂਰਤ ਵੀ ਹੋਵੇ ਤਾਂ ਪ੍ਰੋਫੈਸ਼ਨਲ ਵੀ ਲੱਗੇ ਦਾ ਉਹ ਕਰਕੇ ਇਨਸ਼ਾਅੱਲਾ ਫਿਰ ਗਾਵਾਂ ਕੱਲ੍ਹ ਸ਼ਾਇਦ ਹੋ ਸਕਦਾ ਤਾਂ ਸ਼ਿਫਟ ਹੋ ਜਾਣਾ ਇਨਸ਼ਾਅੱਲਾ। ਫਿਰ ਲਾ ਲਓ ਡਿਲੇ ਕੀਤਾ ਗਾਵਾਂ ਉਹਦੇ ਵਾਪਸ ਲੈ ਗਏ ਆ। ਐਵੇਂ ਤਾਂ ਜਿਸ ਦੀ ਲਾਈਆਂ ਚਾਰ ਮੰਗਾਈਆਂ ਨੇ ਉਹਨੀਆਂ ਆਖੇ ਚਾਰ ਜਿਸ ਦੀ ਲਾਈਆਂ ਨੇ ਇਹ ਸਾਰੀਆਂ, ਇਹ ਹੁਣ ਇੱਥੇ ਕਟਾਈ ਕਰ ਗਏ, ਇੰਚੀ ਟੈਨ ਆਫ ਫੀਤਾ ਮਾਰ ਗਏ। ਇੱਥੇ ਆਹ ਲੈਡੀ ਗਾਵਾਂ ਸਾਡੀਆਂ ਪੱਠੇ ਖਾਣੇ ਖਾਣੇ ਨੇ, ਅਤੇ ਇਹ ਜੇ ਜਿਸ ਮੈਂ ਸਿਚਵਾਈ ਕਰਾਂਗੇ ਸੀ, ਜਿਸ ਸ਼ਿਕੰਜੇ ਬਣਗੇ ਮਜ਼ੀਦ ਫਿਰ ਤੁਹਾਨੂੰ ਇਨਸ਼ਾਅੱਲਾ ਵੀਡੀਓ ਵਿੱਚ ਚੈੱਕ ਕਰਾਂਗੇ। ਸ਼ਿਕੰਜੇ ਬਣ ਕੇ ਜਿਸ ਨਾਲ ਚੁਆਈ ਕਰਨੀ ਹੋਵੇ ਉਸ ਟਾਈਮ ਗਾਵਾਂ ਵਿੱਚ ਆਉਣੀਆਂ ਵੰਡਾ ਛੰਡਾ ਪਾਉਣਾ, ਜੋ ਖਾ ਪੀ ਲੈਣ ਬਾਅਦ 'ਚ ਬੂਹੇ ਪੱਕੇ ਖੋਲ ਛੱਡਾਂ ਦੇ ਸਾਡੀ, ਯਾਨੀ ਕਿ ਜਿਹਦਾ ਵੇਸਟ ਨਹੀਂ ਹੋਣ ਲੱਗੀ। ਇਹ ਟਾਈਫੋਡ ਚੁੰਝ ਵੀ ਇੱਕ ਗਾਂ ਖਲੋਂਦੀ, ਅਤੇ ਟਾਈਫੋਡ ਦਾ ਇਹ ਕਿਸਾਨਾਂ ਬਣਾ ਰਹੇ ਆ। ਉਹ 6 ਗਾਵਾਂ ਤੁਹਾਡੀਆਂ ਜਿਹਦੇ ਬਾਅਦ 'ਚ ਪੱਠੇ ਖਾਂਦੀਆਂ ਰਹਿਣਗੀਆਂ, ਉਸ ਗੁੱਠੇ ਦੇ ਨਾਲ ਜਿੱਥੇ ਬਾਲਟੀ 'ਤੇ ਵੰਡਾ ਪਿਆ ਨਾ, ਉੱਥੇ ਅਸੀਂ ਆਪਣਾ ਪੰਪ ਜਿਹੜਾ ਨਾ ਇਟਲੀ ਵਾਲਾ
ਅਗਰ ਉਹ ਅਸੀਂ ਲਵਾਉਂਦੇ ਹਾਂ ਚਾਰ ਗਾਵਾਂ ਸਿਸਟਮ ਇਕੱਠਾ, ਅਤੇ ਫਿਰ ਉਹ ਨਾਲ ਉੱਥੇ ਪੰਪ ਜਿਹਾ ਛੱਡੀਏ, ਇੱਧਰ ਸਾਰਾ ਜਿਹੜਾ ਗਾਵਾਂ ਸੜੀਆਂ, ਯਾਨੀ ਕਿ ਜਿਹੜਾ ਵੇਸਟ ਨਹੀਂ ਹੋਣ ਲੱਗੀ ਉਹ ਸਾਰਾ ਇੰਜੀ ਹੈ। ਕੱਲ੍ਹ ਫਿਰ ਇਨਸ਼ਾਲਾ ਪਾਰਲਰ ਬਣਾ ਦੇ ਨੇੜੇ, ਟੋਚ ਜਿਹੇ ਲੱਗੇ ਹੋਣੇ ਨੇ, ਇਹ ਬੰਦਾ ਪੱਟ ਲੈਂਦਾ ਫਿਰ ਆਪਣਾ ਨਾਰਮਲ ਐਕਸਟਰਾ ਸਿਸਟਮ ਹੋਣਾ ਚਾਹੀਦਾ ਪੱਟਣਾ ਇਹਨਾਂ ਨੂੰ ਕੀ ਬਲਕਿ, ਅਤੇ ਉੱਥੇ ਅੱਗੇ ਨਾਲ ਵੈਲਡ ਕਰਾਉਂਦੇ ਮੈਕਰੇਲ ਦੇ ਨਾਲ ਵੈਲਡ ਕਰਕੇ ਪਿੱਛੇ ਇੱਥੇ ਜਿਹੜਾ ਥੱਲੇ ਪੱਟੀਆਂ ਲਾ ਕੇ ਨਾ ਸਿਰੇ ਦੇ ਥੱਲੇ, ਉੱਤੇ ਇੱਕ ਸਾਈਡ ਦੇ ਰਾਵਲ ਬੋਰਡ, ਇਸ ਸਾਈਡ ਹੋ ਜਾਂਦਾ ਇੱਕ ਉਹ ਸਾਈਡ, ਦੋ ਦੋ ਰਾਵਲ ਬੋਰਡ ਲੱਗ ਜਾਣ ਇਨਸ਼ਾਲਾ ਦੇ ਵਿੱਚ ਕੰਫਰਮ। ਪੀਡਾ ਗਾਵਾਂ ਤੋਂ ਅੱਗੇ ਸੌ ਲੱਗਦੀਆਂ ਨੇ ਸਿਰਫ ਉਹਨਾਂ ਅੱਗੇ, ਅੱਗੇ ਨਹੀਂ ਕੱਲ੍ਹ ਬਾਰਡਰ ਦੀ ਉਹਨਾਂ ਬੜਾ ਕੱਲ੍ਹ ਲੱਕੇ ਨਾਲ ਲੱਕੀਰਾਂ ਕਢਾਈਆਂ ਸਾਡੀਆਂ, ਅਤੇ ਫਿਰ ਅਸੀਂ ਇਹ ਹੈਗੇ ਇਨਸ਼ਾਲਾ ਇੱਥੇ ਬਣਾ ਲੈਂਦੇ ਸਿਸਟਮ, ਆਈਆਂ ਮਗਰ ਉਹ ਰੱਸਾ ਕੁਣੀਆਂ ਟੈਟ ਕਰਾ ਕਰ ਛੜਾ ਕਰਾਂ, ਅਤੇ ਬਾਅਦ 'ਚ ਚੋਗ ਫਿਰ ਉਹਨਾਂ ਬੰਦਾ ਖੋਲ੍ਹ ਛੱਡਦਾ ਆਪਣੀ ਮਰਜ਼ੀ ਨਾਲ, ਜਿਹਦੇ ਜਿਹੜੇ ਇੱਥੇ ਵਿਆਹ ਪੱਠੇ ਵੀ ਖਾਏ ਮਸਲਾ ਮਸਾਇਲਾਂ ਨੂੰ ਮਿਲਣਾ ਵਾ। ਨਾਲ ਹੀ ਇੱਥੇ ਆਪਣਾ ਚਕੰਦਰ ਪਿਆ ਯੂਜ਼ ਕਰਾਂ ਤਾਂ ਪਹਿਲੇ ਨੰਬਰ 'ਤੇ ਖਤਮ ਕਰਾਂ ਦਿਆ, ਦਰਵਾਜ਼ਾ ਅੱਗੇ ਲੱਗਿਆ ਇੱਥੇ ਦੁੱਧ ਕੱਢ ਕੇ ਬਾਹਰ, ਦੁੱਧ ਹੀ ਸਾਹ ਵਾਹੁਣ ਦੇ ਇੱਥੋਂ ਹਾਈਵੇ 'ਤੇ ਆਪਣਾ ਗੁਲੈਗ ਮੋਟਰ ਵਿੱਚ ਚੜ ਜਾਣ, ਇਹ ਆਉਣ ਭਾਈ ਅਬਦੁਲ ਜਬਾਰ ਸਾਹਿਬ ਲੱਗਣ ਲੱਗਾ ਨੇ, ਇਨਸ਼ਾਲਾ ਵੈਲਡਿੰਗ ਦਾ ਸਿਸਟਮ ਲੈਣ ਦਾ ਹੁਣੇ ਪੈਮ ਪਹੁੰਚਿਆ, ਦਸਤੀ ਇਹਨਾਂ ਦਾ ਖਤਰਲਾ ਮਾਰਾ ਕਿਸਾਨੇ ਮੁਕਾ ਦੇ ਉੱਥੇ, ਕਿਉਂਕਿ ਰੇਬੜ ਅਤੇ ਆਰਸ਼ਾ ਨਿਜ਼ਾਮ ਬੜਾ ਗੰਦਾ ਹੋਇਆ, ਆਹ ਗੋਹਾ ਛੇੜਾ ਪੇ ਹੈਗਾ, ਬਲਾਲ ਰੱਖਿਆ ਅਤੇ ਰੇੜੀ ਕੀ ਬਣਨਾ ਨੇ ਇਕੱਲੇ ਦਾ ਪੇ ਹੈ, ਇਹ ਵੀ ਚੁੱਕ ਛੁੱਕ ਲੈਣ ਛੱਡੀ ਜਾ ਸਕੂਨ ਕਰਨ, ਉੱਥੇ ਹੁਣ ਜਗ੍ਹਾ ਜਿਹੜੀ ਤਾਂ ਵੀ ਗਾਵਾਂ ਨੂੰ ਬੜਾ ਮਸਲਾ ਬਣਿਆ ਯਾਰ। ਬਾਕੀ ਸ਼ਾਵਰਾਂ ਸਿਸਟਮ ਜਿਹੜਾ ਸਾਫ ਉਹਨਾਂ ਨੂੰ ਵੀ ਆਖਿਆ, ਇੱਕ ਛੋਟਾ ਬੋਰ ਵੀ ਸਾਂਚੇ ਦਾ, ਕਿਉਂਕਿ ਤਰਾ ਦੀ ਮੋਟਰ ਉਹ ਤਾਂ ਬੜਾ ਬਿਜਲੀ ਬਹੁਤ ਜ਼ਿਆਦਾ ਖਾਂਦੀ ਹੈ ਅਤੇ ਕਦੀ ਬੱਦਲ ਤਾਂ ਚੱਲਦੀ ਨਹੀਂ, ਅਤੇ ਫਿਰ ਸਿਸਟਮ ਸਾਡੇ ਕੋਲ ਲੱਗਿਆ, ਉੱਥੇ ਇੱਕ ਛੋਟਾ ਬੋਰ ਜਿੱਥੇ ਵੱਡਾ ਬੋਰ ਹੋ ਜਾਣਾ ਇਹ ਵਾਲਾ, ਤੁਹਾਨੂੰ ਦਿਖਾਉਂਦੇ ਹਾਂ ਇਹ ਸਾਵਾ ਜਿਹੜਾ ਇਹਦੇ ਨਾਲ ਪਿੱਛੇ ਨਿੱਕਾ ਕਰਾ ਦਿਆਂ, ਉਹ ਸਾਵੀ ਨਾਲ ਹੀ ਪੈਪ ਨਿਕਲਿਆ, ਉਹ ਵੀ ਸਿਸਟਮ ਹੋਵੇ ਅੱਗੋਂ, ਫਿਰ ਥੱਲੇ ਲਿਆ ਕੇ ਉਹ ਪੈਪ ਅੱਗੇ ਆ ਰੈਡੀ ਨਾਲ ਜੁਆਇੰਟ, ਚਿਵੇਂ ਹੋਜ਼ੀਆਂ ਨੇ ਇੱਕੋ ਪੈਪ, ਜਿਹੜੀ ਹੋਜ਼ੀ ਭਰੀ ਵਾਲ ਖੋਲਾਂ ਦੇ ਤੇੜਾ ਲੱਗਿਆ ਉਸ ਹੋਜ਼ੀ ਪਾਣੀ ਟੁਰ ਜਾਦਾ, ਕੋਈ ਕੰਮ ਯਾਰ ਸੀ ਕਾਕੇ ਦਾ ਕੰਮ ਚੈੱਕ ਕਰੋ, ਕਾਕਾ ਕੀ ਕਰ ਰਿਹਾ ਚਾ, ਕਾਕਾ ਵੀ ਸਟੂ ਆ ਰਿਹਾ ਸਾਈਡ ਦੀ, ਅਤੇ ਧੁੱਪ ਜਿਹੜੀ ਹੈ ਇੱਥੇ ਤੱਕ ਹੁਣ ਪਹੁੰਚੀਏ, ਕਾਫੀ ਜਲਦੀ ਐਂਟਰੀ ਕਰ ਜਾਂਦੀ ਹੈ, ਰਹਿਣਾ ਇੱਥੇ ਹੀ ਮੈਂ, ਐਂਟਰੀ ਜਲਦੀ ਹੋ ਜਾਂਦੀ, ਜਿਸ ਟਾਈਮ ਮੈਂ ਚਾਦਰ ਲਾ ਜਾਏਗੀ ਇਨਸ਼ਾਲਾ ਸਾਰੀ ਰਹਿੰਦੀ, ਉਹ ਪਤਾ ਨਹੀਂ ਸੁੱਤੇ ਪਹਿਲਾਂ ਗਰਮੀ ਦੀ ਪੈਦ ਕੀ ਵਜ੍ਹਾ, ਇੱਕ ਦੀ ਅੱਖਾਂ ਖਰਾਬ ਹੋ ਗਈਆਂ, ਕਿਤੇ ਚੈੱਕ ਕਰਾ ਇਹ ਸਾਰਾ ਤੋੜ ਆ, ਤਕੋਣ ਟੈਪ ਲੱਗ ਗਏ, ਫਿਰ ਧੁੱਪ ਨਹੀਂ ਇਨਸ਼ਾਲਾ ਇਸ ਟਾਈਮ ਤੱਕ ਵੀ ਅੰਦਰ ਆਉਣ ਲੱਗੀ, ਇਸ ਤੋਂ ਬਾਅਦ ਆ ਵੀ ਜਾਏ ਤੋ ਇਨਸ਼ਾਲਾ ਮਸਲਾ ਮਸਾਇਲ ਨਹੀਂ ਬਣਨਾਗਾ, ਇਸ ਤਰ੍ਹਾਂ ਦਾ ਕੰਮ ਗੁਲਾਬ ਅਲਹਮਦੁਲਿਲਾ ਚੱਲ ਰਿਹਾ, ਫਿਰ ਆਹਿਸਤਾ ਆਹਿਸਤਾ ਹੋ ਜਾਵੇਗਾ ਕੰਮ, ਅਤੇ ਹੁਣ ਕਾਕਾ ਸਾਹਿਬ ਵੀ ਬੱਕਰਾਂ ਤੋਂ ਬਾਹਰ ਆ ਚੁੱਕੇ ਨੇ, ਅੱਗੋ ਵੇ ਕਿੱਥੇ ਲੱਗੋ ਇਹ, ਹਾਂ ਕੱਪੜੇ ਨਾਲ ਗੰਦੇ ਕਰਨ, ਅਤੇ ਬਿਸਮਿਲ੍ਲਾ ਸ਼ਰੀਫ ਪੜ੍ਹ ਗਏ, ਪਲਾਂਟ ਉਹਨਾਂ ਰੈਡੀ ਕਰ ਲਿਆ, ਕਟਾਈ ਕਰੋ ਉਹਨਾਂ ਘਟਣਾ, ਉਸ ਬਾਅਦ ਫਿਰ ਇਨਸ਼ਾਲਾ ਉਮੀਦ ਸ਼ਾਇਦ ਸ਼ਾਮਾਂ ਦੋ ਖਾਨੇ ਤਿਆਰ ਹੋ ਗਏ, ਅਤੇ ਕੱਲ੍ਹ ਸੁਬਹਾ ਇਨਸ਼ਾਲਾ ਫਿਰ ਗਾਵਾਂ ਇੱਥੇ ਲੈ ਆਵਾਂਗੇ, ਫਿਰ ਜਲਦੀ ਤਿਆਰ ਹੋ ਗਏ ਅਤੇ ਸ਼ਾਮ ਦੇ ਟਾਈਮ 'ਤੇ ਲੈ ਆਵਾਂਗੇ, ਪਰ ਲੋਹਣੇ ਪੀਡਾ ਕਰਕੇ ਫਿਰ ਹੀ ਲਵਾਂਗੇ, ਕੱਲ੍ਹ ਬੜੇ ਯਾਰ ਔਖੇ ਹੋਏ ਆ, ਆਮ ਜਿਹੜਾ ਸੱਠਾ ਚਾੜੀ ਹੈ, ਚਲੋ ਅੱਲਾ ਪਾਕ ਸਾਰਿਆਂ ਵਾਸਤੇ ਸਾਰੀਆਂ ਪੈਦਾ ਫਰਮਾਏ ਨਾ ਦੁਆਈਏ, ਅਤੇ ਇਹ ਸੀ ਅੱਜ ਦੀ ਸਾਡੀ ਪਿਆਰੀ ਅਤੇ ਵਧੀਆ ਜੀ ਵੀਡੀਓ, ਉਮੀਦ ਕਰਨਾ ਵਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ, ਉਸ ਵੀਡੀਓ ਦਾ ਤੁਹਾਨੂੰ ਲੱਗੀ ਚੰਗੀ ਦਿਨ ਕਰੋ ਲਾਈਕ ਸ਼ੇਅਰ, ਅਤੇ ਨਾਲ ਲਾਲੇ ਵਾਸਤੇ ਕਰੋ ਦੁਆ ਕਿ ਅੱਲਾ ਪਾਕ ਦੇ ਮੈਨੂੰ ਸਿਹਤ ਤੰਦਰੁਸਤੀ, ਬੁਖਾਰ ਦੀ ਵਜ੍ਹਾ ਤੋਂ ਕਮਜ਼ੋਰੀ ਬੜੀ ਹੋ ਗਈ, ਦਸਤੀ ਬਾਹਰ ਆਉਂਦੇ ਪਸੀਨਾ ਪਸੀਨ ਹੋ ਜਾਏਗਾ, ਬਹੁਤ ਜ਼ਿਆਦਾ ਪਸੀਨਾ ਹੁੰਦਾ ਕਮਜ਼ੋਰੀ ਦੀ ਵਜ੍ਹਾ ਤੋਂ, ਬਾਕੀ ਇਹ ਹਦੀਸ ਪਾਕ ਦਾ ਮਫਹੂਮ ਹੈ, ਇੱਕ ਰਾਤ ਬੰਦੇ ਨੂੰ ਅਗਰ ਬੁਖਾਰ ਰਹੇ ਔਰ ਅੱਲਾ ਤਾਲਾ ਦਾ ਸ਼ੁਕਰੀਆ ਅਦਾ ਕਰੇ, ਮੈਂ ਸ਼ੁਕਰੀਆ ਕਰਾਂ ਅੱਲਾ ਪਾਕ ਤੋਂ ਸ਼ਿਫਾ ਮੰਗੇ, ਅਤੇ ਉਹ ਸੁਬਾਹ ਨਹੀਂ ਹੁੰਦਾ ਆਪਣੇ ਸਲਾਤ ਸਲਾਮ ਜੀ ਨੇ ਇਰਸ਼ਾਦ ਫਰਮਾਇਆ ਜਾਂਦਾ ਮਫਹੂਮ ਹੈ, ਕਿ ਜਿਵੇਂ ਅੱਜ ਮਾਂ ਦੇ ਪੇਟ 'ਚੋਂ ਬੱਚਾ ਜਨਮ ਲੈ ਕੇ ਗੁਨਾਹ ਤੋਂ ਪਾਕ ਹੁੰਦਾ, ਇਹ ਵੀ ਅਲਹਮਦੁਲਿਲਾ ਅੱਲਾ ਦੀ ਨਿਮਤ ਹੈ, ਬਾਕੀ ਸ਼ਿਫਾ ਦੇ ਦਰਖਾਸਤ ਗੁਜ਼ਾਰ ਕਾਕਾ ਜਿਹੜਾ ਉਹ ਵੇਖੋ ਜਾ ਸਾਰੀਆਂ ਟਰਾਈਆਂ ਕਰ ਉਹਦੇ ਵਿੱਚ ਵੜ ਗਈ, ਉਹ ਦੂਜਾ ਦਿਨ ਮੈਕਰੇਲ ਡਿੱਗੀ ਨਹੀਂ, ਅਤੇ ਠੀਕ ਹੈ ਜਾ ਬਸਦੇ ਰਹੋ ਨੇਕ ਦੀਆਂ ਗੱਲਾਂ ਇੱਕ ਦੂਸਰੇ ਨੂੰ ਦੱਸਦੇ ਰਹੋ, ਦੁਆਵਾਂ ਯਾਦ ਰੱਖਣਾ, ਭਾਡੇ ਨੂੰ ਖਿਆਲ ਰੱਖਣਾ, ਅਤੇ ਵਾਲਦੈਨ ਮੋੜ ਮੁੜ ਕੋ ਨਾਲ ਆਪਣੀ ਜ਼ਿੰਦਗੀ 'ਚ ਇੱਕ ਵਾਰੀ ਇਹਨਾਂ ਦੀ ਖਿਦਮਤ ਕਰਦੇ ਰਹੋ, ਅੱਲਾ ਪਾਕ ਮੈਨੂੰ ਤੁਫੀਕ ਦਿੱਤਾ ਫਰਮਾਨ ਤੁਹਾਨੂੰ, ਓਕੇ ਅੱਲਾ ਨਬੀ ਦੇ ਹਵਾਲੇ ਜਨਾਬ।